ਸਤਕਾਰਯੋਗ ਸਟੇਜ ਤੇ ਬੈਠੇ ਹੋਏ ਆਗੂ ਸਹਿਬਾਨ ਪੰਡਾਲ ਵਿੱਚ ਬੈਠੀਆਂ ਮੇਰੀਆਂ ਸਤਕਾਰਯੋਗ ਬੱਚੀਆਂ ਬੱਚੀਆਂ ਅਤੇ ਕਿਸਾਨ ਵੀਰੋ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਜੀ ਨੂੰ ਦੱਸਣਾ ਚਾਹਣਾ ਹੈ ਕਿ ਕੱਲ ਮੈਂ ਕੇਰਲਾ ਦੇ ਵਿੱਚ ਗਿਆ ਸੀ ਉੱਥੇ ਜਾਣਾ ਤਾਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਸੀ ਲੇਕਿਨ ਉਹਨਾਂ ਦੀ ਸਿਹਤ ਠੀਕ ਨਾ ਹੋਣ ਦੇ ਕਾਰਨ ਉਹਨਾਂ ਨੇ ਮੈਨੂੰ ਉੱਥੇ ਭੇਜਿਆ ਤੇ ਮੈਂ ਜਾ ਕੇ ਆਇਆ ਹਾਂ ਉੱਥੋਂ ਦੇ ਹਾਲਾਤ ਕੀ ਹਨ ਕਿਉਂ ਗਿਆ ਕੀ ਵੇਖ ਕੇ ਆਇਆ ਹਾਂ ਉਹ ਆਪ ਜੀ ਨਾਲ ਸਾਂਝਾ ਕਰਾਂਗਾ ਔਰ ਉਸ ਤੋਂ ਪਹਿਲਾਂ ਮੈਂ ਬੇਨਤੀ ਕਰਾਂ ਕਿ ਮੇਰੇ ਤੋਂ ਪਹਿਲਾਂ ਵੀਰ ਜੀ ਬੋਲ ਰਹੇ ਸੀ ਅਕਾਲੀ ਦਲ ਦੇ ਬਾਰੇ ਬੋਲ ਰਹੇ ਸੀ ਕਿ 2015 ਦੇ ਵਿੱਚ ਬਗਰਾੜੀ ਅਤੇ ਬਾਈਬਲ ਕਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਦਵੀ ਹੋਈ ਤੇ 2017 ਤੱਕ ਕਾਲੀਆਂ ਦੀ ਸਰਕਾਰ ਅਕਾਲੀ ਨਾ ਕਰ ਉਹ ਇਹਨਾਂ ਨੂੰ ਅਕਾਲੀ ਉਹ ਜੋ ਅਕਾਲ ਪੁਰਖ ਨੂੰ ਮੰਨਣ ਵਾਲਾ ਭੈ ਤੋਂ ਰਹਿਤ ਉਹ ਅਕਾਲੀ ਸੀ ਇਹ ਕਾਲੀਏ ਨੇ ਕਾਲੀਏ ਔਰ ਇਹ ਗੱਲ ਮੈਂ ਦਲੀਲ ਨਾਲ ਕਹਾਂਗਾ ਇਹਨਾਂ ਦੇ ਰਾਜ ਵਿੱਚ ਕਹਿੰਦੇ ਕਿ ਕੋਈ ਇਨਸਾਫ ਨਹੀਂ ਮਿਲਿਆ ਉਹਨਾਂ ਕੁਝ ਨਹੀਂ ਕੀਤਾ ਉਹਨਾਂ ਬਹੁਤ ਕੁਝ ਕੀਤਾ ਕੀ ਕੀ ਕੀਤਾ ਉਹ ਸੁਣੋ ਇਹਨਾਂ ਦੀਆਂ ਕਰਤੂਤਾਂ ਸੁਣੋ ਕੀ ਕੁਝ ਕੀਤਾ ਹੈ ਇਹਨਾਂ ਲੋਕਾਂ ਨੇ ਅੱਜ ਸ਼੍ਰੋਮਣੀ ਕਮੇਟੀ ਦੇ ਉੱਤੇ ਜਿਹੜਾ ਕਬਜ਼ਾ ਮੈਂ ਗੱਲ ਨਹੀਂ ਸੀ ਕਹਿਣੀ ਲੇਕਿਨ ਅੱਜ ਤੱਕ ਬੋਲਣ ਤੋਂ ਗਰੇਜੀ ਰੱਖਿਆ ਪਰ ਜਿਹੜੀ ਵੀਰ ਜੀ ਨੇ ਗੱਲ ਕੀਤੀ ਹੈ ਕਿ ਉਹਨਾਂ ਦੀ ਸਰਕਾਰ ਵਿੱਚ ਹੋਇਆ ਕੁਝ ਨਹੀਂ ਮੈਂ ਦੱਸਣਾ ਚਾਹਣਾ ਕੀ ਕੁਝ ਕੀਤਾ ਇਹਨਾਂ ਨੇ ਇਹਨਾਂ ਨੇ ਕਿਤਾਬਾਂ ਪਬਲਿਸ਼ ਕਰਾਈਆਂ ਨੇ ਸ੍ਰੋਮਣੀ ਕਮੇਟੀ ਨੇ ਕਿਤਾਬ ਦਾ ਨਾਮ ਹੈ ਸਿੱਖ ਇਤਿਹਾਸ ਹਿੰਦੀ ਭਾਸ਼ਾ ਚ 722 ਪੰਨਿਆਂ ਦੀ ਕਿਤਾਬ ਹੈ ਰਾਈਟਰ ਕੋਈ ਨਹੀਂ ਪਬਲਿਸ਼ ਸ੍ਰੋਮਣੀ ਕਮੇਟੀ ਕਰਦੀ ਆ ਔਰ ਉਹ ਦੱਸਦਿਆਂ ਸ਼ਰਮ ਆਉਂਦੀ ਹੈ ਕੀ ਲਿਖਿਆ ਹੈ ਇੰਨੀ ਭੱਦੀ ਸ਼ਬਦਾਵਲੀ ਗੁਰੂ ਸਾਹਿਬਾਂ ਨੂੰ ਚੋਰ ਡਾਕੂ ਕਾਤਲ ਨੌਕਰੀਆਂ ਦੇ ਪੇਟੋਂ ਬੱਚੇ ਜੰਮਣ ਵਾਲੇ ਅਤੇ ਆਤਮ ਹੱਤਿਆ ਕਰਨ ਵਾਲੇ ਦੱਸ ਕੇ ਕਿਤਾਬ ਪਬਲਿਸ਼ ਕੀਤੀ ਆ ਇਹ ਮੈਂ ਸਟੇਜ ਤੋਂ ਬੋਲ ਰਿਹਾ ਹਾਂ ਔਰ ਮੇਰਾ ਚੈਲੰਜ ਉਹਨਾਂ ਨੂੰ ਜੇ ਤੁਹਾਡੇ ਚ ਹਿੰਮਤ ਹੈ ਤਾਂ ਬਲਾਓ ਕਿਤੇ ਔਰ 2013 ਤੋਂ ਲੈ ਕੇ ਲਗਾਤਾਰ ਇਹ ਗੱਲ ਮੈਂ ਕਹਿੰਦਾ ਆ ਰਿਹਾ ਅੱਜ ਤੱਕ ਨਹੀਂ ਬਲਾ ਸੋ ਹੋਰ ਕੀ ਕਰਨ ਉਨ੍ਹਾਂ ਦੀ ਸਰਕਾਰ ਪੰਜਾਬ ਦੇ ਵਿੱਚ ਅਰ ਪੰਜਾਬ ਸਕੂਲ ਸਿੱਖਿਆ ਬੋਰਡ ਨੇ 2008 ਦੇ ਵਿੱਚ ਪਲੱਸ 2 ਦੇ ਬੱਚਿਆਂ ਨੂੰ ਪੜ੍ਹਾਈ ਜਾਣ ਵਾਲੀ ਕਿਤਾਬ ਹਿਸਟਰੀ ਆਫ ਦਾ ਪੰਜਾਬ ਉਹਦੇ ਵਿੱਚ ਸਿੱਖ ਧਰਮ ਨੂੰ ਮੁਜੋਂ ਰੱਦ ਕਰਕੇ ਤੇ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਲਿਖਿਆ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰਕੇ ਗਵਾਲੀਅਰ ਦੇ ਕਿਲੇ ਚ ਬੰਦ ਕੀਤਾ ਗਿਆ ਅੱਗੇ ਲਿਖਿਆ ਕਿ ਉਹਨਾਂ ਦੇ ਸਰੀਰ ਦੇ ਚਾਰ ਟੁਕੜੇ ਕਰਕੇ ਤੇ ਗਵਾਲੀਅਰ ਕਿਲੇ ਦੇ ਚੌਂ ਦਰਵਾਜ਼ਿਆਂ ਨਾਲ ਟੰਗੇ ਗਏ ਕਦੀ ਅੱਜ ਤੱਕ ਤੁਸੀਂ ਇਤਿਹਾਸ ਨਹੀਂ ਸੁਣਿਆ ਹੋਣਾ ਔਰ ਜੋ 2008 ਤੋਂ ਲੈ ਕੇ ਮੈਂ ਕਹੂੰਗਾ ਅੱਜ ਵੀ ਉੱਚ ਕੁਝ ਥੋੜੇ ਜਿਹਾ ਚੈਪਟਰ ਬਦਲੇ ਗਿਆ ਉਹ ਕਿਤਾਬਾਂ ਅੱਜ ਵੀ ਪੜhaiਆਂ ਜਾ ਰਹੀਆਂ ਨੇ ਅਸੀਂ ਕਿੱਥੇ ਖੜੇ ਆ ਦਾਸ ਵੱਲੋਂ ਇਹ ਸਾਰੇ ਕਿਤਾਬਾਂ ਦੇ ਮਸਲੇ ਸ਼੍ਰੋਮਣੀ ਕਮੇਟੀ ਨੇ ਹੋਰ ਕਿੰਨੀਆਂ ਕਿਤਾਬਾਂ ਪਬਲਿਸ਼ ਕੀਤੀਆਂ ਆਰਐਸਐਸ ਨੂੰ ਖੋਜ ਕਰਨ ਵਾਸਤੇ ਮੋਦੀਆਂ ਨਾਲ ਕਿਸ ਤਰ੍ਹਾਂ ਦੀ ਯਾਰੀ ਕੀ ਕੁਝ ਕੀਤਾ ਉਹ ਤੁਹਾਡੇ ਸਾਹਮਣੇ ਲਿਆਂਦਾ ਪਰ ਅਫਸੋਸ ਕਿ ਅੱਜ ਤੱਕ ਇਸ ਗੱਲ ਤੇ ਕਿਸੇ ਵੀ ਸੰਪਰਦਾ ਨੇ ਇਹ ਆਵਾਜ਼ ਨਹੀਂ ਉਠਾਈ ਸੋ ਮੈਂ ਜਿਆਦਾ ਇਸ ਪਾਸੇ ਨਾ ਜਾਵਾਂ ਮੈਂ ਗੱਲ ਉਹ ਕਰਾਂ ਕਿ ਜੋ ਕੱਲ ਮੈਂ ਕੇਰਲਾ ਦੇ ਵਿੱਚ ਆ ਕੇ ਆਇਆ ਉੱਥੋਂ ਦੇ ਹਾਲਾਤ ਕੀ ਨੇ ਅਸੀਂ ਗੱਲ ਕਰਦੇ ਆ ਸਾਡਾ ਅੰਦਾਲਨ ਚੱਲ ਰਿਹਾ ਹੈ ਕਿ મોદી ਛਾ ਜੋੜੀ ਨੇ ਇਹਨਾਂ ਨੇ ਸਾਡੇ ਕਿਸਾਨਾਂ ਦੇ ਉੱਤੇ ਜਦੋਂ वार ਕੀਤਾ ਤਿੰਨ ਥੇਤੀ ਵਿਰੋਧੀ ਕਾਨੂੰਨ ਲਿਆਂਦੇ ਤੇ ਇਹਨਾਂ ਨੂੰ ਰੱਦ ਕਰਾਉਣ ਲਈ ਐਮਐਸਪੀ ਪੂਰੇ ਭਾਰਤ ਚ ਕਾਨੂੰਨ ਦੇ ਤਹਿਤ ਲਾਗੂ ਕਰਾਉਣ ਲਈ ਅਤੇ ਜੋ ਪੰਜਾਬ ਜਿਹੜਾ ਬਿਜਲੀ ਸੋਧ ਬਿਲ 2020 ਆ ਰਿਹਾ ਸੀ ਉਹਨੂੰ ਰੱਦ ਕਰਾਉਣ ਲਈ ਆਤਮਸੱਤਿਆਂ ਨੂੰ ਲੈ ਕੇ ਅਸੀਂ ਪਹਿਲਾ ਪੰਜਾਬ ਚ 2 ਮਹੀਨੇ ਰੇਲਵੇ ਟਰੈਕਾਂ ਤੇ ਬੈਠੇ ਰਹੇ ਉਸ ਤੋਂ ਬਾਅਦ ਅਸੀਂ ਦਿੱਲੀ ਦੇ चारों तरफ आके बैठ गए और एक साल पूरा होने वाला है दो महीने वो पाके चौदह महीने बनते आज तक ये मोदी जोड़ी गल की मननी ने जिस तरह साढ़े किसान शहीद किया को, को शहीद किया ਪਿੱਛੋਂ ਗੱਡੀਆਂ ਚਲਾ ਕੇ ਡਰੜ ਕੇ ਸਾਡੇ ਨੌਜਵਾਨ ਬੱਚਿਆਂ ਨੂੰ ਤੇ ਸਾਡੇ ਕਿਸਾਨਾਂ ਨੂੰ ਜਿਨ੍ਹਾਂ ਨੇ ਲੰਬਾ ਸਮਾਂ ਬਾਰਡਰਾਂ ਦੇ ਉੱਤੇ ਪਹਿਰੇ ਦਿੱਤੇ ਉਹਨਾਂ ਨੂੰ ਵੀ ਡਰੜ ਕੇ ਜੀਪਾਂ ਥੱਲੇ ਮਾਰਿਆ ਸ਼ਹੀਦ ਕੀਤਾ ਸਾਡੀਆਂ ਭੈਣਾਂ ਨੂੰ ਟਿੱਕਰੀ ਬਾਰਡਰ ਦੇ ਉੱਤੇ ਟਿੱਪਰੇ ਦੇ ਥੱਲੇ ਡਰੜ ਕੇ ਸ਼ਹੀਦ ਕੀਤਾ ਗੋਲੀਆਂ ਨਾਲ ਵੀ ਸ਼ਹੀਦ ਕੀਤਾ ਬਹੁਤ ਕੁਝ ਹੋਇਆ ਹੈ ਲੇਕਿਨ ਆਮ ਇਹ ਗੱਲ ਚੱਲਦੀ ਆ ਕਿ ਇਹ ਅਜੇ ਮੰਨਣ ਨੂੰ ਤਿਆਰ ਨਹੀਂ ਪਰ ਉਹਨਾਂ ਦੇ ਮਨਸੂਬੇ ਕੀ ਨੇ ਜਿਸ ਤਰ੍ਹਾਂ ਇਹਨਾਂ ਨੇ ਇੱਥੇ ਰੇਲਵੇ ਉਹ ਵੀ ਆੜਾ ਮੀਆਂ ਬਾਨੀਆਂ ਨੂੰ 에어ਪੋਰਟ ਵੀ ਆਬਾਨੀਆਂ ਡਾਲੀਆਂ ਨੂੰ ਰੋਡ ਵੀ ਆਬਾਨੀਆਂ ਡਾਲੀਆਂ ਨੂੰ ਵਿੱਦਿਆ ਵੀ ਸਭ ਕੁਝ ਜਿਹੜਾ ਹੈ ਉਹ ਸਰਮਾਇਦਾਰ ਵਰਗ ਨੂੰ ਦਿੱਤਾ ਜਾ ਰਿਹਾ ਔਰ ਉੱਥੇ ਜੋ ਵੇਖਿਆ ਉਥੋਂ ਦੇ ਲੋਕ ਜਿਹੜੇ ਸਮੁੰਦਰੀ ਤੱਟਾਂ ਤੇ ਬੈਠੇ ਨੇ ਉਹ ਆਪਣੇ ਬੱਚੇ ਪਾਲਣ ਵਾਸਤੇ ਸਮੁੰਦਰ ਦੇ ਵਿੱਚੋਂ ਬਹੁਤ ਵੱਡਾ ਰਿਸਕ ਲੈ ਕੇ ਤੇ ਉਹ ਮੱਛੀਆਂ ਦਾ ਕਾਰੋਬਾਰ ਕਰਦੇ ਆ ਔਰ ਉਹ ਵੀ کاروبار ਉਹਨਾਂ ਤੋਂ ਕੋਈ ਜਾ ਰਹੇ ਉਥੇ ਇਸ ਟਾਈਮ ਤੇ ਮੈਨੂੰ ਕੱਲ ਸਾਡੇ ਬੀਜੂ ਜੀ ਨੇ ਬੀਜੂ ਜੀ ਕੇਰਲਾ ਤੋਂ ਜੋ ਕਿ ਰਾਸ਼ਟਰੀ ਕਿਸਾਨ ਮਹਾਸੰਘ ਦੇ ਮੈਂਬਰ ਨੇ ਲੰਬੇ ਸਮੇਂ ਤੋਂ ਸਾਡੇ ਨਾਲ ਚੱਲ ਰਹੇ ਆ ਉਹ ਇੱਥੇ ਆ ਰਹੇ ਨੇ ਉਹਨਾਂ ਨੇ ਬ੍ਰਦਰ ਪੀਟਰ ਨੇ ਅਤੇ ਐਡਵੋਕੇਟ ਨੇ ਜਿਨ੍ਹਾਂ ਨੇ ਐਡਵੋਕੇਟ ਬਨੋਈ ਥੋਮਸ ਉਹਨਾਂ ਨੇ ਮੈਨੂੰ ਉਹ ਸਾਰਾ ਉਥੋਂ ਦਾ ਜਿਹੜਾ ਸੀਨ ਸੀ ਉਹ ਵਿਖਾਇਆ ਹਾਲਾਤਾਂ ਤੋਂ ਜਾਣੂ ਕਰਾਇਆ ਉਥੇ ਅਡਾਨੀ ਪੋਰਟ ਬਣ ਰਿਹਾ ਜੋ ਕਿ ਸਮੁੰਦਰ ਦੇ ਵਿੱਚ ਉਹ ਬਣਾ ਰਹੇ ਨੇ ਸਮੁੰਦਰ ਦੇ ਤੱਟ ਤੇ ਉਹ ਕਿਨਾਰੇ ਤੋਂ 3 ਕਿਲੋਮੀਟਰ ਤੱਕ ਅੰਦਰ ਨੂੰ ਬਣ ਰਿਹਾ ਉਹ ਥੱਲੋਂ ਸਮੁੰਦਰ ਦੇ ਕਿਨਾਰੇ ਤੋਂ ਬਹੁਤ ਡੂੰਗੀ ਮਿੱਟੀ ਕੱਢ ਕੇ ਉੱਥੇ ਪਿੱਲਰ ਕਾਲ ਕੇ ਦੋ ਪਾ ਰਹੇ ਨੇ ਉਹਦੇ ਨਾਲ ਜਿਹੜੇ ਉੱਥੋਂ ਦੇ ਵਸਿੰਦੇ ਸੀ ਜਿਸ ਤਰ੍ਹਾਂ ਕਿ ਇੱਥੋਂ ਮਿੱਟੀ ਕੱਢੀ ਜਾਵੇ ਤੇ ਇਹ ਜੜੀਆਂ ਬਿਲਡਿੰਗਾਂ ਨੇ ਇਹ ਉਹਨਾਂ ਨੂੰ ਤਰੇੜਾ ਆ ਗਿਆ ਡਿੱਗ ਪੀਆਂ ਆਪਣੇ ਪੱਕੇ ਮਕਾਨ ਛੱਡ ਕੇ ਉਹ ਲੋਕ ਛੱਡਾਂ ਦੇ ਥੱਲੇ ਰਹਿ ਰਹੇ ਨੇ ਛੱਡ ਬਹੁਤ ਵੱਡੇ ਨੇ 50 50 ਪਰਿਵਾਰ ਇੱਕ ਇੱਕ ਛੱਡ ਦੇ ਥੱਲੇ ਰਹਿ ਰਹੇ ਨੇ ਉੱਥੇ ਬਾਪ ਹੈ ਮਾਂ ਉੱਥੇ ਨੌਜਵਾਨ ਹੈ ਉਹਦੀ ਘਰ ਵਾਲੀ ਹੈ ਉੱਥੇ ਨੌਜਵਾਨ ਬੱਚੀਆਂ ਧੀਆਂ ਪੈਣਾ ਨੇ ਕੋਈ ਵੀ ਉੱਥੇ ਕੋਈ ਪਰਦਾ ਨਹੀਂ ਹੈ ਉਹਨਾਂ ਦੇ ਵਾਸਤੇ ਕੋਈ ਟਾਇਲਟ ਕੋਈ ਬਾਥਰੂਮ ਨਹੀਂ ਹੈ ਉਹਨਾਂ ਔਰਤਾਂ ਨੇ ਕੱਲ ਰੋ ਰੋ ਕੇ ਦੱਸਿਆ ਕਿ ਜਦੋਂ ਅਸੀਂ ਕੱਪੜੇ ਬਦਲਨੇ ਹੁੰਦੇ ਆ ਤੇ ਉਸ ਟਾਈਮ ਤੇ ਦੋ ਔਰਤਾਂ ਚਾਦਰ ਫੜਦੀਆਂ ਨੇ ਅਤੇ ਉਹ ਪਰਦਾ ਕਰਦੀਆਂ ਨੇ ਤੇ ਦੂਸਰੀ ਇੱਕ ਔਰਤ ਉੱਥੇ ਕੱਪੜੇ ਬਦਲਦੀ ਆ ਅੱਜ ਉੱਥੇ ਜਿਹੜੀ ਸੂਬਾ ਸਰਕਾਰ ਹੈ ਉਹ 6 ਸਾਲ ਤੋਂ ਰਾਜ ਕਰ ਰਹੀ ਆ ਔਰ ਜਦੋਂ ਦੀ ਮੋਦੀ ਸਰਕਾਰ ਆਈ ਆ ਆਉਂਦਿਆ ਸਭ ਤੋਂ ਪਹਿਲਾਂ ਉੱਥੇ ਜਿਹੜਾ ਉਹ ਕਾਰੋਬਾਰ ਅਡਾਨੀ ਨੂੰ ਦਿੱਤਾ ਗਿਆ ਉਹ ਅਡਾਨੀ ਨੇ ਜਦੋਂ ਤੋਂ ਸ਼ੁਰੂ ਕੀਤਾ ਉਹ ਮਕਾਨ ਤੈਗੇ ਔਰ ਉੱਥੇ ਉਹਨਾਂ ਲੋਕਾਂ ਨੇ ਵਾਦੇ ਕੀਤੇ ਗਏ ਕਿ ਤੋਂ ਅਨੂ ਜੜੀਆਂ ਉਹ ਅਗਨਪੋਟ ਚਲਾਉਂਦੇ ਸਨ ਤੇ ਉਹਨਾਂ ਨੂੰ ਉਤੋਂ ਦੀ ਕਿਹਾ ਵੀ ਤੁਸੀਂ ਉਹਨਾਂ ਇਧਰੋਂ ਸਿੱਧਿਆ ਨਹੀਂ ਜਾਣਾ ਇਧਰ ਕੰਮ ਚੱਲ ਰਿਹਾ ਤੇ ਉਹਨਾਂ ਨੂੰ ਸਬਸਿਡੀ ਤੇ ਤੇਲ ਦੇਣਾ ਕੀਤਾ ਉਹ ਕਹਿੰਦੇ ਆ ਕਿ ਸਾਨੂੰ ਉਹ ਤੇਲ ਵੀ ਹੁਣ ਬੰਦ ਕਰ ਦਿੱਤਾ ਕੋਈ ਸਹੂਲਤ ਨਹੀਂ ਸਾਡੇ ਮਕਾਨ ਢਾਹ ਢੇਰੀ ਹੋ ਗਿਆ 300 ਪਰਿਵਾਰ ਬੇਕਾਰ ਹੋ ਗਿਆ ਅਤੇ ਹਜ਼ਾਰਾਂ ਹੋਰ ਮਕਾਨ ਨੇ ਜਿਹੜੇ ਉਹ ਇਸੇ ਤਰ੍ਹਾਂ ਉਹ ਵੀ ਟਿਕਣ ਖਨਾਰੇ ਪਰ ਉਥੋਂ ਦੀ ਜੜੀ ਸੂਬਾ ਸਰਕਾਰ ਮੈਂ ਇਹ ਗੱਲ ਕਹਿਣ ਤੋਂ ਗਰੇਜ ਨਹੀਂ ਕਰਾਂਗਾ ਸੈਣਾਂ ਦੀ ਇੱਕ ਕਹਾਵਤ ਹੈ ਸੋਇਓ ਮਿੱਠਾ ਜੋ ਅੱਖੀਂ ਨਹੀਂ ਡੇਠਾ ਇਹ ਸਰਕਾਰਾਂ ਅਸੀਂ ਗੱਲ ਕਰਦੇ ਆਂ ਬੀਜੇਪੀ ਦੀ ਔਰ ਇਹ ਕਹਿੰਨੇ ਕਿ ਇਹਨੂੰ ਆਰਐਸਐ ਚਲਾ ਰਹੀ ਆ ਜਿਹੜੀ ਫਿਰਕਾ پرست ਜਥੇਬੰਦੀ ਆ ਅਸੀਂ ਕਾਂਗਰਸ ਦੀ ਗੱਲ ਵੀ ਕਰਦੇ ਆ ਪਰ ਭਾਈ ਉੱਥੇ ਤਾਂ ਰਾਜ ਕਿਸੇ ਹੋਰ ਪਾਰਟੀ ਦਾ ਹੈ ਕੋਈ ਗੁੱਸਾ ਨਾ ਕਰੇ ਉੱਥੇ ਖੱਬੀਆਂ ਧਿਰਾਂ ਦਾ ਰਾਜ ਹੈ ਖੱਬੀ ਧਿਰ ਦਾ ਸੀਪੀਆਈ ਐਮ ਦਾ ਉੱਥੇ ਰਾਜ ਹੈ ਕੇਰਲਾ ਦੇ ਵਿੱਚ ਔਰ ਉਹ ਸਰਕਾਰ ਨੇ 6 ਸਾਲ ਸਰਕਾਰ ਬਣ ਤੋਂ ਪਹਿਲਾਂ ਉਹਨਾਂ ਵਾਅਦਾ ਕੀਤਾ ਸੀ ਕਿ ਇਹ ਜਿਹੜੇ ਉਜੜਲੇ ਰੋਕ ਨੇ ਇਹਨਾਂ ਨੂੰ ਹਰ ਤਰ੍ਹਾਂ ਦੀ ਸੂਚਿਤ ਦਵਾਂਗੇ ਪਰ ਉਥੋਂ ਦੀ ਹਾਲਾਤ ਇਹ ਆ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਇੱਕ ਇੱਕ ਛੱਡੇ ਛੱਡੇ ਇਦੋਂ ਵੀ ਲੰਬੇ ਨੇ ਔਰ ਉਹਨਾਂ ਛੱਡਾਂ ਦੇ ਤੋ ਪਾਸੇ ਪਰਿਵਾਰ ਰਸ ਵਸ ਰਹੇ ਨੇ ਜਿਨ੍ਹਾਂ ਤੇ ਕੋਈ ਪਰਦਾ ਨਹੀਂ ਉਥੋਂ ਦਾ ਸਕੂਲ ਉਹਦੇ ਵਿੱਚ ਜਿਹੜੀ ਸਕੂਲ ਦੀ ਬਿਲਡਿੰਗ ਹੈ ਉਥੇ ਵੀ ਉਹ ਲੋਕ ਪੀੜਤ ਪਰਿਵਾਰ ਬੈਠੇ ਨੇ ਜੇਸ ਸਕੂਲ ਦੇ ਵਿੱਚ ਬੱਚਿਆਂ ਨੇ ਪੜ੍ਹਨਾ ਸੀ ਉਸ ਸਕੂਲ ਦੀ ਬਿਲਡਿੰਗ ਵਿੱਚ ਉਹ ਬੱਚੇ ਆਪਣੇ ਪਰਿਵਾਰਾਂ ਦੇ ਨਾਲ ਰਹਿ ਰਹੇ ਨੇ ਹੁਣ ਇੱਥੇ ਕਿਨੂੰ ਚੰਗਾ ਕਹੋਗੇ ਕਿੰਨੂੰ ਮਾੜਾ ਕਹੋਗੇ ਇਹ ਸਹਮਾਮ ਦੇ ਵਿੱਚ ਸਾਰੇ ਨੰਗੇ ਨੇ ਉਹਨਾਂ ਲੋਕਾਂ ਨੇ ਰੋ ਰੋ ਕੇ ਦੱਸਿਆ ਮੈਂ ਪੁੱਛਿਆ ਵੀ ਭਾਈ ਇੱਥੇ ਤੇ ਹੁਣ ਕਮਨਿਸਟ ਵੀਰਾਂ ਦਾ ਰਾਜ ਆ ਇਹ ਬਹੁਤ ਗੱਲਾਂ ਵੱਡੀਆਂ ਕਰਦੇ ਨੇ ਤੇ ਕੀ ਤੁਹਾਨੂੰ ਸੂਲਤਾ ਨਹੀਂ ਉਹ ਕਹਿੰਦੇ ਜੀ ਕਹਿਣ ਦੀਆਂ ਗੱਲਾਂ ਲੇਕਿਨ ਹਕੀਕਤ ਆ ਵੇਖ ਲਓ ਦੱਸਣ ਦੀ ਲੋੜ ਨਹੀਂ So, मेरा कहने भाव यह है कि मोदी शाह कले नहीं राजनीतिक सारे एक सार्वज है के फर्क नहीं तो मेरा चैलेंज है जे कोई कहे कि फर्क है तो चलो मेरे न केरला ਮੈਂ ਬਖਾਵਾਂਗਾ ਉੱਥੇ ਚੱਲ ਕੇ ਔਰ ਜੇਕਰ ਗੱਲ ਜਿਹੜੀ ਮੇਰੀ ਹੈ ਕਈ ਹੋਈ ਸੱਚੀ ਨਾ ਹੋਵੇ ਤੇ ਸਾਰਾ ਖਰਚਾ ਮੈਂ ਦਊਂਗਾ ਜੋ ਮਰਜ਼ੀ ਢੰਗ ਲਾਇਓ ਤੇ ਜੇ ਗੱਲ ਸੱਚੀ ਹੋਵੇ ਤੇ ਜਿਹੜੇ ਲੋਕ ਬੰਨ ਰੌੜ ਲੜ ਕੇ ਗੱਲਾਂ ਕਰਦੇ ਨੇ ਫਿਰ ਉਹ ਇਹਨਾਂ ਸਵਾਲਾਂ ਦੇ ਚਿਹਰੇ ਚਾਉਂਦੇ ਨੇ ਉਹਨਾਂ ਦਾ ਜਵਾਬ ਦੇਣਾ ਉਹਨਾਂ ਨੂੰ ਬੰਦਾ ਉਹਨਾਂ ਤੋਂ ਅਸੀਂ ਪੁੱਛਣਾ ਚਾਹੁੰਨੇ ਆ ਕਿ ਭਾਈ ਦੱਸੋ ਇਸ ਭਾਰਤ ਦੇ ਵਿੱਚ ਕਿਹੜੀ ਰਾਜਨੀਤਿਕ ਪਾਰਟੀ ਹੈ ਜਿਹੜੀ ਚੰਗਾ ਰਾਜ ਕਰ ਰਹੀ ਹੈ ਜਾਂ ਕੋਈ ਆਸ ਰੱਖਾਂਗੇ ਸੋ ਜਿਹੜੇ ਸੀਪ ਸਾਨੂੰ ਇਹ ਗੱਲ ਕਹਿੰਦੇ ਆ ਕਿ ਤੁਸੀਂ ਆਓ ਪੰਜਾਬ ਦੇ ਵਿੱਚ ਸਰਕਾਰ ਬਣਾਓ ਮੈਂ ਉਹਨਾਂ ਵੀਰਾਂ ਨੂੰ ਇਹ ਗੱਲ ਕਹਿਣੀ ਚਾਹੁੰਨਾ ਕਿ ਵੀਰੋ ਇਹ ਗੱਲ ਨਾ ਕਰੋ ਇੱਕ ਐਸਾ ਪ੍ਰੈਸ਼ਰ ਗਰੁੱਪ ਬਣਾਓ ਸਰਕਾਰ ਕਿਸੇ ਵੀ ਪਾਰਟੀ ਦੀ ਆਵੇ ਉਹਨਾਂ ਦੇਤੇ ਇੱਕ ਡਰ ਹੋਵੇ ਇੱਕ ਭੈ ਹੋਵੇ ਕਿ ਜੇ ਅਸੀਂ ਲੋਕਾਂ ਦੇ ਹਿੱਤਾਂ ਦੀ ਗੱਲ ਨਾ ਕੀਤੀ ਤੇ ਇਹ ਲੋਕ ਸਾਨੂੰ ਰਾਜ ਨਹੀਂ ਕਰਨ ਦੇਣ ਇਸ ਤਰ੍ਹਾਂ ਦੀ ਸਥਿਤੀ ਪੈਦਾ ਕਰੋ ਲੋਕਾਂ ਦੀ ਮਾਨਸਿਕਤਾ ਬਦਲੋ ਸਾਨੂੰ ਇਹ ਕੰਮ ਕਰਨ ਦੀ ਲੋੜ ਹੈ ਸੋ ਮੈਂ ਜਿਆਦਾ ਸਮਾਂ ਨਾ ਲਵਾਂ ਸੇਤ ਆਗਿਆ ਨਹੀਂ ਸੀ ਦੇ ਰਹੀ ਅੱਜ ਲਗਾਤਾਰ 4 ਰਾਤਾਂ ਦਾ ਨੀਂਦ ਰਹਾ ਲੇਕਿਨ ਫੇਰ ਵੀ ਹੁਕਮ ਹੋਇਆ 2 ਮਿੰਟ ਗੱਲ ਕਰਨ ਦਾ ਤਾਂ ਮੈਂ ਬੇਨਤੀ ਕਰਾਂਗਾ ਕਿ ਸਾਨੂੰ ਇਹਨਾਂ ਲੋਕਾਂ ਚੜਿਆ ਅੱਜ ਰਾਤਾਂ ਨੂੰ ਜਿਸ ਤਰ੍ਹਾਂ ਕਿ ਦੀਵਾਲੀ ਵਾਲੀ ਰਾਤ ਵੀ ਅੱਗਾਂ ਲੱਗੀਆਂ ਅਗਲੀ ਰਾਤ ਤੇ ਵੀ ਅੱਗ ਲੱਗੀ ਤੁਸੀਂ ਵੇਖਿਆ ਹੋਵੇਗਾ ਇੱਥੇ ਸਾਡੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਹਰ ਰੋਜ਼ ਸਖਤ ਪਹਿਰੇ ਦਈਏ ਆਪਣਾ ਵੀ ਪਹਿਰਾ ਦਈਏ ਗੁਆਂਢੀ ਵਾਲੇ ਵੀ ਵੇਖੀਏ ਕਿ ਉਹ ਜਾਗਦਾ ਕਿ ਸੁੱਤਾ ਹੈ ਇੱਕ ਇੱਕ ਦੋ ਦੋ ਬੰਦੇ ਔਰ ਜਿਹੜੇ ਵੀਰ ਸਾਡੇ ਘਰਾਂ ਨੂੰ ਗਏ ਨੇ ਉਹਨਾਂ ਨੂੰ ਵੀ ਅਪੀਲ ਕਰੀਏ ਕਿ ਉਹ ਵੀ ਆਉਣ ਜਿਨ੍ਹਾਂ ਦੀਆਂ ਝੌਂਪੜੀਆਂ ਦੇ ਲਾਗੇ ਕੋਈ ਝੌਂਪੜੀ ਖਾਲੀ ਹੈ ਉਹਨਾਂ ਨੂੰ ਵੀ ਕਹੀਏ ਔਰ ਜਿਸ ਤਰ੍ਹਾਂ ਮੇਰੇ ਵੀਰ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਟਰਾਲੀਆਂ 'ਚ ਬੈਠੇ ਨੇ ਉਹ ਪੰਡਾਲ ਚ ਆ ਕਰੋ ਸੋ ਜਿਹੜੀਆਂ ਤੁਹਾਡੀਆਂ ਭਾਵਨਾਵਾਂ ਨੇ ਜਿਹੜੇ ਸਾਡੇ ਵੀਰ ਇਹ ਗੱਲ ਕਹਿੰਦੇ ਆ ਕਿ ਕੋਈ ਸਖਤ ਐਕਸ਼ਨ ਦਿਓ ਵੀਰੋ ਇਹ ਅੰਦੋਲਨ ਵੱਧ ਰਿਹਾ ਸਾਨੂੰ ਜਾਣ ਦਾ ਮੌਕਾ ਮਿਲਿਆ ਮੈਨੂੰ ਆ ਪਿਛਲੇ ਦਿਨਾਂ 'ਚ ਮਹਾਰਾਸ਼ਟਰ 'ਚ ਛੱਤੀਸਗੜ੍ਹ 'ਚ ਅਤੇ ਐਮਪੀ 'ਚ ਉਹ ਲੋਕ गल कि कानूना चाला की है उन्होंने विस्तारा दसिया ये गलत तक अजे पहुंचा बन रही जिन्ना संघर्ष लंबा चलेगा मोदी दिया जड़ें हमदर्दी तो ना हम दर्दी बदेगी। यार सोचो कि मोर्चा छेती फते होना चाहिए सो so, मेरी बेनती है ਕਿ ਇਹ ਮੋਰਚਾ ਜਿੰਨਾ ਵੀ ਲੰਬਾ ਚੱਲੇਗਾ ਉਹ ਨਹੀਂ ਇਹਦਾ ਤੁਹਾਨੂੰ ਫਾਇਦਾ ਹੋਣਾ ਜੇਕਰ ਅਸੀਂ ਕੋਈ ਤੱਤਾ ਪ੍ਰੋਗਰਾਮ ਦੇ ਕੇ ਕੋਈ ਉੱਥੇ ਹੋਰ ਕੋਈ ਕੰਮ ਵਿਗੜਦਾ ਹੈ ਜੇ ਲੰਬਾ ਸਮਾਂ ਜਿੰਨਾਂ ਚ ਜਾਵਾਂਗੇ ਤਾਂ ਕਿਸੇ ਹੋਰ ਨੁਕਸਾਨ ਕਰਾਵਾਂਗੇ ਕੀ ਉਹ ਠੀਕ ਹੋਵੇਗਾ ਕਿ ਜੇ ਇੱਥੇ ਬਹਿ ਕੇ ਸਰਕਾਰ ਦੇ ਨਕਸ਼ਤਾਂ ਦੇ ਕੇ ਲੋਕਾਂ ਦੀ ਮਾਨਕਤਾ ਮੋਰਚੇ ਦੇ ਨਾਲ ਜੋੜ ਕੇ ਇਸ ਨੂੰ ਹੋਰ ਵੱਡਾ ਕਰਾਂਗੇ ਤੇ ਸਰਕਾਰ ਤੇ ਦਬਾਅ ਵੱਧ ਰਿਹਾ ਆ ਤੁਸੀਂ ਇਲੈਕਸ਼ਨ ਜੜੀਆਂ 22 ਇਲੈਕਸ਼ਨ ਆਈਆਂ ਇਹਨਾਂ ਦੇ ਵਿੱਚ ਬੀਜੇਪੀ ਦੀ ਹਾਲਤ ਦੇਖ ਰਿਹਾ ਅਤੇ ਆਉਣ ਵਾਲੀਆਂ ਇਲੈਕਸ਼ਨ ਯੂਪੀ ਮਿਸ਼ਨ ਹੈ ਦਾ ਬਾਕੀ ਸੂਬਿਆਂ ਚ ਜੋ ਲਕਸ਼ਣਾ ਹੋ ਰਹੀਆਂ ਨੇ ਉਹਨਾਂ ਦੇ ਵਿੱਚ ਵੀ ਇਹਨਾਂ ਦੇ ਤੱਪੜ ਰੋਲਣ ਦੀ ਜੜੀ ਆ ਉਹ ਲੋੜ ਹੈ ਸੋ ਮੈਂ ਜਾਦਾ ਸਮਾਂ ਨਾਲ ਇਹਦਾ ਕਾਫੀ ਸਮਾਂ ਲੈ ਗਿਆ ਸੋ ਬੇਨਤੀ ਕਰਾਂਗਾ ਕਿ ਭਾਈ ਇਹ ਮੋਰਚਾ ਜਿੰਨਾ ਵੀ ਲੰਬਾ ਚੱਲਦਾ ਇਤੋਂ ਸਾਨੂੰ ਘਬਰਾਉਣ ਦੀ ਲੋੜ ਨਹੀਂ ਸاسی ਸਾਰੇ ਰਲ ਕੇ ਇਸ ਸੰਘਰਸ਼ ਨੂੰ ਜਿੱਤ ਕੇ ਜਾਣਾ ਹੈ ਤੇ ਲੋਕਾਂ ਨੂੰ ਪੂਰੇ ਭਾਰਤ ਨੂੰ ਜੋੜਨਾ ਹੈ ਵੈਸੇ ਤਾਂ ਲੋਕ ਤੁਹਾਡੇ ਇਸ ਮੋਰਚੇ ਦੀ ਗੱਲ ਕਰਦੇ ਨੇ ਔਰ ਤੁਹਾਡੇ ਤੇ ਆਸ ਰੱਖੀ ਬੈਠੇ ਨੇ ਕੱਲ ਪ੍ਰਸ਼ਾਂਤ ਪੂਸ਼ਨ ਜੀ ਐਡਵੋਕੇਟ ਵੀ ਉੱਥੇ ਗਏ ਸੀ ਉਹਨਾਂ ਨੇ ਹੱਥ ਵੇਖੇ ਔਰ ਉਹਨਾਂ ਨੇ ਉਹਨਾਂ ਦੇ ਲੋਕਾਂ ਨੂੰ ਇਸ ਮੋਰਚੇ ਦੇ ਪ੍ਰਤੀ ਜਿਸ ਤਰ੍ਹਾਂ ਉਥੇ ਉਹਨਾਂ ਨੂੰ ਜਾਣੂ ਕਰਾਇਆ ਉਹ ਵੀ ਇੱਕ ਵੱਖਰੀ ਗੱਲ ਸੀ ਸੋ ਅੱਜ ਲੋਕ ਤੁਹਾਡੇ ਤੇ ਬਹੁਤ ਵੱਡੀਆਂ ਆਸਾਂ ਰੱਖੀ ਬੈਠੇ ਨੇ ਕਾਲੇ ਨਾ ਪਾਓ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ